ਅਸਲਾਮ ਵਾਲੇਕਮ ਦੋਸਤੋ, ਅੱਜ ਦਾ ਅਸੀਂ ਵਲਾਗ ਸ਼ੁਰੂ ਕਰਨੇ ਹਾਂ ਦੋਸਤੋ। ਅੱਜ ਤੁਹਾਨੂੰ ਸ਼ੌਕ ਕਰਾਵਾਂਗੇ ਸੀਲ ਮੁਰਗਿਆਂ ਦਾ, ਪੋਟਨ ਦਾ, ਵਲੈਤੀ ਮੁਰਗਿਆਂ ਦਾ ਸ਼ੌਕ ਕਰਾਵਾਂਗੇ। ਅਸ ਤੁਹਾਦ ਹੋਈ ਨੇ ਸਾਡੇ ਕੋਲ ਆ ਫਾਰਮ ਦੇ ਇੱਕ ਫਾਰਮ 'ਤੇ ਆਏ ਹਾਂ ਫਾਰਮ 'ਤੇ, ਉੱਥੇ ਸੀਲ ਮੁਰਗਿਆਂ ਦਾ ਤੁਹਾਨੂੰ ਸ਼ੌਕ ਕਰਾਵਾਂਗੇ। ਇਸ ਤੁਹਾਦ ਵੀ ਖਲੋਤੇ ਨੇ ਇਹਨਾਂ ਦਾ ਫਾਰਮ ਜੇ, ਅਤੇ ਬਾਸੀ ਵਾਲਾ ਪਿੰਡ ਹੈ, ਤਹਿਸੀਲ ਪਸੂਰ ਦਾ ਪਿੰਡ ਹੈ। ਦੋਸਤੋ ਇਹ ਵੇਖ ਸਕਦੇ ਹੋ, ਹਰ ਇੱਕ ਮੁਰਗੇ ਦਾ ਲਹਿ ਲਹਿ ਦਾ ਖੁੱਡਾ ਬਣਿਆ ਹੁੰਦਾ। ਇਹ ਵੇਖ ਸਕਦੇ ਹੋ, ਤੁਹਾਨੂੰ ਦਿਖਾ ਲੈਂਦੇ ਹਾਂ ਹਰ ਮੁਰਗਾ ਇਹਨਾਂ ਖੁੱਡਿਆਂ 'ਚ। ਇੱਕ ਇੱਕ ਮੁਰਗੇ ਦੀ ਵੀਡੀਓ ਤਾਂ ਬਣਾ ਕੇ ਦਿਖਾਵਾਂਗੇ। ਇਹਦੇ ਪਰ ਖੋਲਿਓ ਜੀ, ਪੈਰ ਚੱਕ ਰਿਹਾ ਜੀ। ਕਿਹੜੀ ਨਸਲ ਵਾਲਾ? ਤਿੰਨ ਕਲਾਸ ਕਰਾਸ ਮਿਕਸ, 28 ਸਿੰਧੀ ਠੀਕ। ਇਹ ਉਹੀ ਨਸਲ ਹੈ ਪੜ ਦਿਖਾਓ ਜੀ। ਕਿਲੋ ਹੈ ਨਾ? ਕਿਲੋ ਨਹੀਂ, ਡੁੱਕਾ ਦੇ ਕਿਲੋ ਕੋਈ ਨਹੀਂ। ਇਹ ਕਿਹੜੀ ਨਸਲ ਹੈ? ਹਾਂਜੀ, ਹਿੰਡ ਹਿੰਡ ਇਹ ਕੀਮਤ ਕੀ ਹੋਣੀ ਆ? ਇਹ ਕਿੰਨੇ ਮਹੀਨੇ ਦਾ ਭਾਈ ਹੈ ਨਾ? ਛੇ ਮਹੀਨੇ ਦਾ। ਸਹੀ ਹੋ ਗਿਆ, ਇਹਦੇ ਪਰ ਚੱਕ ਰਿਹਾ ਪੈਰ, ਇਹਦੇ ਪੈਰ ਚੱਕ ਰਿਹਾ ਜੀ। ਰੇਟ ਕੀ ਹੋਏਗਾ ਜੇ ਕਿਸੇ ਨੇ ਮੁੱਲ ਲੈਣਾ ਹੋਏ? ਪੜ ਚੱਕਰੋ ਜੀ। ਇਹਦੇ 6-7 ਮਹੀਨਿਆਂ ਦਾ ਉਹੀ ਨਸਲ ਹੈ ਹਿੰਡ ਹਿੰਡ ਨਸਲ ਹੈ। ਇਹ ਵੇਖੋ ਜੀ, ਇਹ ਬੱਚਾ ਕੋਈ 3 ਕੁ ਮਹੀਨਿਆਂ ਦਾ ਮਿਕਸ ਬੱਚਾ। ਕਿਹਦੇ? ਬਰਮੀ ਬਰਮੀ ਨਸਲ ਹੈ। ਸਹੀ ਸਹੀ ਹੋ ਗਿਆ। ਇਹ ਪਾਕਿਸਤਾਨੀ ਮੁਰਗੀ ਜਿਹੜੇ ਥੋੜੇ ਬੱਚੇ ਕਢਾਏ ਨੇ। ਸਹੀ ਹੋ ਗਿਆ, ਇਹ ਬਰਮੀ ਨਸਲ ਹੈ, ਪੋਟਰ ਕੁੱਕੜ ਦੇ ਬੱਚੇ। ਕੁਕੜੀ ਪਾਕਿਸਤਾਨੀ, ਕੁਕੜੀ ਵਲੈਤੀ। ਸਹੀ ਹੋ ਗਿਆ,
ਆ ਮੁਰਗਾ ਵੇਚ ਸਕਦਾ ਹੈ ਹਿੰਡ ਜੇ ਤੇ ਕੁਕੜੀਆਂ ਪਾਕਿਸਤਾਨੀ ਹੈ ਤਾਜ ਚੱਕਰਾ ਤਾਜ ਅੱਖ ਚੱਕਰਾ ਅੱਖ ਖੰਭ ਚੱਕਰਾ ਤੇ ਖੰਭ ਪਰ ਪਰ ਚੱਕਰਾ ਪੈਰ ਚੱਕਰ ਹੋਏ ਤੇ ਕੇਲਾ ਦੱਸਾਂ ਕੇਲਾ ਬੱਚਾ ਜੀ ਬੱਚਾ ਸਾਲ ਦਾ ਤਾਜ ਚੱਕਰਾ ਇਹਦਾ ਇਹ ਠੀਕਰਾ ਤਾਜ ਬਗੈਰ ਫਿਰ ਠੀਕਰਾ ਠੀਕਰਾ ਪਰ ਚੱਕਰਾ ਜਨਾਬ ਪਰ ਚੱਕਰਾ ਜਨਾਬ ਚੱਲ ਠੀਕ ਹੈ ਠੀਕ ਪੈਰ ਚੱਕਰ ਇਹ ਵੀ ਸਾਲ ਲਈ ਨਹੀਂ ਨੌ ਦਸ ਮਹੀਨੇ ਦਾ ਲਓ ਦੋਸਤੋ ਤੁਹਾਨੂੰ ਇੱਕ ਇੱਕ ਕਰਕੇ ਮੁਰਗਾ ਤੁਹਾਨੂੰ ਦਿਖਾਇਆ ਵਲੈਤੀ ਮੁਰਗਾ ਸੀਲ ਰਿਪੋਰਟ ਨੂੰ ਮੁਰਗੇ ਬਾਹਰ ਦੇ ਦਿਖਾਏ ਨੇ ਬਾਹਰ ਦੇ ਅਤੇ ਤੁਹਾਨੂੰ ਸ਼ੌਕ ਕਰਾਇਆ ਦੋਸਤੋ ਵੇਖ ਸਕਦੇ ਹੋ ਸ਼ੌਕ ਉਸਤਾਦ ਹੋਣ ਕਿੰਨਾ ਸਹੀ ਸ਼ੌਕ ਕੀਤਾ ਹੈ ਵੇਖ ਸਕਦੇ ਹੋ ਸ਼ੌਕ ਉਸਤਾਦ ਹੋਣਾ ਦਾ ਇਹ ਵੇਖ ਸਕਦੇ ਦੋਸਤੋ ਤੁਹਾਨੂੰ ਮੈਂ ਇੱਕਦਮ ਫਿਰ ਫਾਰਮ ਦਾ ਪੂਰਾ ਵਿਊ ਦਿਖਾ ਲਾਂ ਮਸਲਨ ਜਿੱਥੇ ਮੁਰਗੇ ਰੱਖੇ ਜਾਂਦੇ ਨੇ ਇਹ ਵੇਖ ਸਕਦੇ ਹੋ ਤੁਸੀਂ ਮੁਰਗਿਆਂ ਦਾ ਸ਼ੌਕ ਵੇਖੋ ਜਿਸ ਤਰ੍ਹਾਂ ਮੁਰਗਾ ਰੱਖਿਆ ਦਾ ਵੇਖ ਸਕਦੇ ਹੋ ਸ਼ੌਕ ਕਰੋ ਦੋਸਤੋ ਵੇਖ ਸਕਦੇ ਹੋ ਅਤੇ ਦੋਸਤੋ ਲਓ ਅੱਜ ਦਾ ਵਲਾਗ ਇੱਥੇ ਅਸੀਂ ਖਤਮ ਕਰਦੇ ਹਾਂ ਅਤੇ ਸਾਡੇ ਚੈਨਲ ਨੂੰ ਜਿਹੜੇ ਦੋਸਤ ਨੇ ਨਹੀਂ ਸਬਸਕ੍ਰਾਈਬਰ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੇ ਅਤੇ ਲਾਈਕ ਕਰੇ ਅਤੇ ਖੁਦਾ ਹਾਫਿਜ਼।